ਸਤਿ ਸ੍ਰੀ ਅਕਾਲ ਜੀ। ਲਓ ਜੀ ਨਵੀਂ ਸਵੇਰ ਨਵਾਂ ਬਲੌਗ ਹਰ ਰੋਜ਼ ਦੀ ਤਰ੍ਹਾਂ ਅੱਜ ਦੀ ਸ਼ੁਰੂਆਤ ਹੈਗੀ ਆ। ਨਿਆਣੇ ਕੰਮ ਤੇ ਚੱਲੇ ਆ ਕਰਾਲੀ ਤੇ ਬਹਿੰਦੇ ਹੋਏ ਬੰਦੇ ਗੱਡੀ 'ਚ ਤੇ ਦੋਨੇ ਗੱਡੀਆਂ ਜਾਣੀਆਂ ਉੱਪਰੇ ਟਰੱਕ ਖੜਾ ਉਹ ਵੀ ਜਾਣਾ ਤੇ I-20 ਇਹ ਵੀ ਜਾਣੀ ਆ ਕਿਉਂਕਿ ਬੰਦੇ ਕਹਿੰਦਾ ਜਿਹੜੇ ਨਾਲ ਜਾਣੇ ਵਾਲੇ ਲੇਬਰ ਆ ਉਹਦੇ ਨਾਲ ਫਿਰ ਮੁਸ਼ਕਿਲ ਹੁੰਦੀ ਸੀ ਉਹ ਗੱਡੀ 'ਚ ਬਹਿਣਾ ਉੱਪਰ ਗੱਡੀ 'ਤੇ ਬੈਠ ਕੇ ਜਾਣਾ ਔਖਾ ਲੱਗਦਾ ਤਾਂ ਇਹਦੇ ਲਈ ਗੱਡੀ ਨਾਲ ਭੇਜ ਦੀ ਦੀ ਛੋਟੀ ਵੀ ਚਲੋ ਜਾਣਾ ਆਉਣਾ ਸਕਾਲਾ ਹੋ ਜਾਂਦਾ ਵਾਹਿਗੁਰੂ ਦੀ ਮਿਹਰ ਨਾਲ ਕੱਲ੍ਹ ਦਾ ਕਣਕ ਵੱਢ ਹੋ ਗਈ ਸੂਰਜ ਪੈਂਦਾ ਕਰਕੇ ਮੀਂਹ ਦੁਚਾਰਾ ਇਹ ਆ ਸਾਈਡ ਦੀ ਆ ਕਣਕ ਵੱਢ ਹੋ ਗਈ ਕੱਲ੍ਹ ਇੱਧਰ ਮੇਰੀਆਂ ਮਿਰਚਾਂ ਉਹ ਵੀ ਮੈਂ ਵੀਡੀਓ ਬਣਾਊਂਗਾ ਅਗਲੇ ਬਲੌਗ 'ਚ ਆ ਲਓ ਤਾਂ ਦੇਖੋ ਫਲ ਆ ਗਿਆ ਨਾ ਇਹ ਗਲਗਲ ਸਾਨੂੰ ਤਾਂ ਇੱਦਾਂ ਲੱਗਦਾ ਸੀ ਵੀ ਗਲਗਲਾਂ ਲੱਗਣੀਆਂ ਘੱਟ ਆ ਲੇਕਿਨ ਐਤਕੀ ਲੱਗੀਆਂ ਬਹੁਤ ਆ ਵਧੀਆ ਫਲ ਆਇਓ ਆ ਚੰਗਾ ਵੀ ਮੁੰਡਿਓ ਮੁੰਡੇ ਨੇ ਕਿੱਟੇ ਪਿੱਛੇ ਫਸਾ ਤੀ ਇਹ ਵਿਸਾਖੀ ਦੇ ਮੌਕੇ 'ਤੇ ਗੁਰਦੁਆਰਾ ਸ਼ਹੀਦਗੰਜ ਰਾਪੜ ਹਰ ਸਾਲ ਰਾਤ ਦੇ ਲੰਗਰ ਲਾਏ ਜਾਂਦੇ ਆ ਦੋ ਦੋ ਵੇਲ ਨੇ ਚਲਾਇਓ ਆ ਸੋਏ ਪਏ ਆ ਹੱਥੀਂ ਭੋਣ ਲੱਗੇ ਹਾਂ ਥੋੜ੍ਹਾ ਜਿਹਾ ਹੋ ਗਿਆ ਲੇਟ ਅਸੀਂ ਕਿਉਂਕਿ ਥੋੜ੍ਹੇ ਨਰਮ ਨਰਮ ਭੋਰ ਹੋ ਜਾਂਦੇ ਤਾਂ ਛੇਤੀ ਭੁਰ ਜਾਂਦੇ ਆ ਫਿਰ ਕਚਰਾ ਜਿਹਾ ਨਹੀਂ ਨਾਲ ਆਉਂਦਾ ਅਤੇ ਅਸੀਂ ਲੱਗੇ ਦਾ ਗਿਆ ਆਪਣੇ ਹੋਰਾਂ ਕੰਮਾਂ 'ਚ ਅਤੇ ਇਹ ਸਾਡੇ ਫਿਰ ਹੁਣ ਹੋ ਗਿਆ ਲੇਟ ਚਲੋ ਅਸੀਂ ਕਹੇ ਹੁਣ ਜਿਹੜੇ ਹੈਗੇ ਪਸ਼ੂਆਂ ਦੀ ਰੱਖ ਲਿਆਂਗੇ ਜਿਹੜੇ ਬੰਦੇ ਵਾਲੇ ਆ ਉਹ ਹਰੇ ਖੜ੍ਹੇ ਆ ਉਹਨਾਂ ਨਰਮ ਨਰਮ ਝਾਲ ਮਾਰੇ ਕੰਮ ਤੋਂ ਆਏ ਨਿਬੇੜ ਕੇ ਬਾਹ ਕੇ ਉੱਧਰ ਟਰੈਕਟਰ ਲੈ ਕੇ ਅਸੀਂ ਬਾਹਣ ਬਾਹ ਕੇ ਆ ਕੇ ਤੇ ਬਹਿ ਗਿਆ ਇੱਥੇ ਗੱਲਾਂ ਗੁੱਲਾਂ ਮਾਰਦਾ ਪਿਆ ਹੁਣ ਘਰ ਦੇ ਕਹਿੰਦੇ ਗੋਲਗੱਪੇ ਖਾਣ ਜਾਣੇ ਆ ਗੋਲਗੱਪੇ ਖਾ ਕੇ ਆਏ ਹਾਂ ਹੁਣ ਰੋਟੀ ਬਣਾਉਣ ਲੱਗਿਆ ਕਿਹਾ ਵੀ ਇੱਕ ਅੱਧੀ ਖਾਣੀ ਆ ਥੋੜ੍ਹੇ ਜਿਹੇ ਤਾਂ ਗੋਲਗੱਪੇ ਖਾਏ ਨਿਆਣੇ ਅੱਜ ਕੰਮ 'ਤੇ ਗਏ ਵਾ ਅਸੀਂ ਘਰ ਨੂੰ ਸਾਰੇ ਜਾਣਾ ਵਿਸਾਖੀ ਦਾ ਦਿਹਾੜਾ ਸੀ ਕਹਿੰਦੇ ਤੇ ਸਿਆਣੇ ਤੋਂ ਬਿਨਾਂ ਕੁਛ ਵੀ ਨਹੀਂ ਹਰ ਸਾਲ ਗੁਰਦੁਆਰਾ ਪੰਜ ਤੀਰਥ ਲੜੋਆ ਜਾਈਦਾ ਸੀ ਪਿਛਲੇ ਸਾਲ ਵੀ ਸਾਡੇ ਭੈਣ ਜੀ ਆ ਦੁਬਈ ਰਹਿੰਦੇ ਆ ਪਿੰਡ ਪਠਲਾਵੇ ਤੋਂ
ਤਾਂ ਅੱਜ ਤੇ ਭਣੋਈਆ ਸਾਡੇ ਜੀਜਾ ਜੀ ਉਹ ਆਇਓ ਸੀ ਅਤੇ ਮੈਂ ਘਰ ਰਿਹਾ ਸੀ ਅਤੇ ਘਰ ਦੇ ਚਲ ਗਏ ਸੀ ਨਿਆਣੇ ਚਲ ਗਏ ਸੀ ਬੇਟਾ ਟਰੈਕਟਰ ਲੈ ਕੇ ਗਿਆ ਸੀ ਸੰਗਤ ਨੂੰ ਲੈ ਗਿਆ ਸੀ ਇਸ਼ਨਾਨ ਕਰਾ ਲਿਆ ਸੀ ਉਸ ਤੋਂ ਪਹਿਲਾਂ ਅਸੀਂ ਜਾਈਦਾ ਸੀ ਬਿਜੀ ਸੀਗੇ ਚੱਲ ਜਾਈਦਾ ਸੀ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਕਮੀ ਦੀ ਮਹਿਸੂਸ ਹੋਈ ਕਹਿੰਦੇ ਹੁੰਦੇ ਸਿਆਣਾ ਜਿਹੜਾ ਹੁੰਦਾ ਨਾ ਘਰ ਦਾ ਜੰਦਾ ਗਿਣਿਆ ਗਿਆ ਹੈ ਨਾ ਵੀ ਜਿੰਨਾ ਚਿਰ ਘਰ 'ਚ ਸਿਆਣਾ ਉਨਾ ਚਿਰ ਤੁਹਾਨੂੰ ਜੰਦੇ ਲਾਉਣ ਦੀ ਲੋੜ ਨਹੀਂ ਪੈਂਦੀ ਲੇਕਿਨ ਹੁਣ ਘਰ 'ਚ ਸਿਆਣੇ ਨਹੀਂ ਹੈਗੇ ਨਾ ਹੁਣ ਸਾਨੂੰ ਖੁਦ ਜੰਦੇ ਬਣਨਾ ਪਏਗਾ ਸਾਨੂੰ ਆਪ ਅਸੀਂ ਜਾਣਾ ਜ਼ਰੂਰੀ ਜਾਣਾ ਜਿੱਥੇ ਜਾਣਾ ਜ਼ਰੂਰੀ ਉੱਥੇ ਚੱਲ ਜਾਈਦਾ ਲੇਕਿਨ ਜਾਣਾ ਛੱਡ ਦੇਈਦਾ ਕਿਉਂਕਿ ਹੁਣ ਘਰ 'ਚ ਜ਼ਰੂਰਤ ਆ ਜਾਂ ਜੰਦੇ ਲਾ ਕੇ ਜਾਵਾਂਗੇ ਜਾਂ ਘਰ ਨੂੰ ਸੁਣਨਾ ਛੱਡ ਨਹੀਂ ਸਕਦੇ ਰਹਿਣਾ ਪੈਂਦਾ ਨਾ ਇਹਦੇ ਲਈ ਸਿਆਣੇ ਦੀ ਜ਼ਰੂਰਤ ਆ ਅੱਜ ਸਿਆਣੇ ਦੀ ਉਹਨਾਂ ਦੀ ਕਮੀ ਮਹਿਸੂਸ ਹੋਈ ਅਸੀਂ ਅੱਜ ਸਿਰਫ ਮੈਂ ਗੁਰੂ ਘਰ ਮੱਥਾ ਟੇਕਣ ਗਏ ਹਾਂ ਮੱਥਾ ਟੇਕ ਕੇ ਆ ਕੇ ਚਲੋ ਥੋੜ੍ਹੇ ਜਿਹੇ ਕੰਮ ਕਰਨ ਵਾਲੇ ਸੀ ਉਹ ਕਰੇ ਨਿਆਣੇ ਕੰਮ 'ਤੇ ਭੇਜਣੇ ਸੀ ਸਵੇਰੇ ਉਹ ਕੰਮ 'ਤੇ ਭੇਜੇ ਹੈ ਨਾ ਅਤੇ ਅੱਜ ਇਹ ਲੱਗਿਆ ਕਿ ਹਾਂ ਜੇ ਸਾਡੇ ਸਿਆਣੇ ਸਾਡੇ ਨਾਲ ਹੁੰਦੇ ਤਾਂ ਬੀਜੀ ਹੁੰਦੇ ਸਾਡੇ ਅਸੀਂ ਪੰਜ ਤੀਹ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਹੋਰ ਵੀ ਗੁਰੂ ਧਾਮਾਂ 'ਤੇ ਜਾ ਕੇ ਦਰਸ਼ਨ ਦਿਦਾਰੇ ਕਰਨ ਜਾ ਸਕਦੇ ਸੀ ਹੈ ਨਾ ਲੇਕਿਨ ਅੱਜ ਅਸੀਂ ਗਏ ਨਹੀਂ ਕਿਤੇ ਸਿਰਫ ਮੈਂ ਸਵੇਰੇ ਗਿਆ ਤਾਂ ਜਾ ਕੇ ਮੱਥਾ ਟੇਕਿਆ ਗੁਰੂ ਮਹਾਰਾਜ ਦੇ ਚਰਨ 'ਚ ਜਾਇਆ ਚਲੋ ਘਰਦਿਆਂ ਨੂੰ ਮੈਂ ਤੁਸੀਂ ਜਾਣਾ ਜਾਇਆ ਵੋ ਚਲੋ ਆਪਾਂ ਜਾ ਨੇ ਹਾਂ ਗੁਰਦੁਆਰਾ ਪੰਜ ਤੀਰ ਸਾਹਿਬ ਉੱਥੇ ਚਲ ਜਾਂਦੇ ਕਹਿੰਦੇ ਆਪਾਂ ਚਲ ਜਾਂਦੇ ਹਾਂ ਠੀਕ ਆ ਨਾ ਕਣਕ ਜਿਹੜੀ ਵੱਢ ਕੇ ਅਸੀਂ ਘਰ ਦੇ ਬਾਹਰਲੇ ਪਾਸੇ ਢੇਰੀ ਕਰਾਈ ਆ ਚੌ ਪੰਜਾਂ ਕੁ ਕਨਾਲਾਂ ਦੀ ਅਤੇ ਖਾਣ ਨੂੰ ਵੀ ਰੱਖਣੀ ਨਵਾਂ ਬੀਜ ਆ ਅਤੇ ਉਹ ਸੁੱਕਣੀ ਪਾਈ ਹੋ ਚੱਲ ਚਾਰ ਦੋ ਚਾਰ ਦਿਨ ਧੁੱਪ ਲੱਗ ਜੂਗੀ ਫਿਰ ਉਹਨੂੰ ਡਰੰਮਾਂ 'ਚ ਪਾ ਦੇਵਾਂਗੇ ਕਹਿੰਦੇ ਵੀ ਆਪਾਂ ਚਲ ਜਾਂਦੇ ਹਾਂ ਹੋਰ ਨਾ ਉਹਨੂੰ ਮੁੜਕੇ ਆਉਂਦੇ ਨੂੰ ਕਣਕ ਹੀ ਨਾ ਹੋਵੇ ਉੱਥੇ ਉਹ ਕਣਕ ਲੈ ਲਓ ਚੱਕ ਕੇ ਫਿਰ ਕੀ ਕਰਾਂਗੇ ਮੈਂ ਕਿਹਾ ਇਹ ਵੀ ਗੱਲ ਤਾਂ ਠੀਕ ਆ ਜੇ ਬੀਜੀ ਹੁੰਦੇ ਜਾਂ ਭਾਪਾ ਜੀ ਹੁੰਦੇ ਕੋਈ ਉੱਚਾ ਨਸੀਬ ਨਾ ਉਹਨਾਂ ਨੇ ਕਹਿਣਾ ਜਾਓ ਬੇਟਾ ਚਲ ਜਾਣਾ ਸਾਡੇ ਕੋਲ ਨਾ ਸਾਡੇ ਮੰਨ ਲਓ 10 ਕਿਲੋਮੀਟਰ ਦੇ ਸਾਡੇ ਰਾਜਾ ਸਾਹਿਬ ਝਿੰਗੜਾ ਪਿੰਡ ਪੈਂਦਾ ਰਾਜਾ ਸਾਹਿਬ ਦੇ ਇੱਕ ਨਾਭ ਕਮਲ ਰਾਜਾ ਸਾਹਿਬ ਅਤੇ ਨਜ਼ਾਰਾ ਪਿੰਡ ਪੈਂਦਾ ਨਾ ਪਿਛਲੇ ਸਾਲ ਮੇਲਾ ਸੀ ਬੀਜੀ ਅਤੇ ਜਾਣੀ ਕਿ ਬੀਜੀ ਸਾਡੇ ਗਏ ਹੈਗੇ ਆ 9ਵੇਂ ਮਹੀਨੇ ਦੀ 28 ਤਰੀਕ ਨੂੰ ਉਹਨਾਂ ਤੋਂ ਪਹਿਲਾਂ ਮੇਲਾ ਸੀ ਨਾ ਉੱਥੇ ਅਸੀਂ ਮੇਲਾ ਦੇਖਣ ਚਲੇ ਗਏ ਬੀਜੀ ਨੂੰ ਕਿਹਾ ਬੀਜੀ ਜਾ ਆਈਏ ਕਹਿੰਦੇ ਚੱਲ ਜਾਓ ਤੁਸੀਂ ਹੈ ਨਾ ਅਸੀਂ ਕਿਹਾ ਤੁਸੀਂ ਕਹਿੰਦੇ ਨਹੀਂ ਵੀ ਰਸ਼ ਬਹੁਤ ਹੁੰਦਾ ਵੀ ਮੇਰੇ ਕੋਲ ਤੁਰ ਨਹੀਂ ਹੁੰਦਾ ਉਹ ਤੁਰਨ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਸੀ ਇਹਨਾਂ ਨੂੰ ਗੋਡਿਆਂ ਦੀ ਨਾ ਅਸੀਂ ਚਲ ਗਏ ਬੇਟੀ ਚਲ ਗਈ ਘਰ ਦੇ ਹੋ ਗਏ ਬੇਟਾ ਅਤੇ ਉਹਦੇ ਦੋਸਤ ਦੋ ਕਹਿੰਦੇ ਅੰਕਲ ਅਸੀਂ ਮੋਟਰਸਾਈਕਲਾਂ 'ਤੇ ਜਾਣਾ ਤੁਸੀਂ ਚੱਲ ਜਾਓ ਅਤੇ ਅਸੀਂ ਚੱਲ ਗਏ ਅਸੀਂ ਉੱਥੋਂ ਆਏ ਰਾਤ ਨੂੰ 12 ਵਜੇ ਸਾਨੂੰ ਫਿਕਰ ਹੀ ਨਾ ਸੀ ਘਰ ਬੀਜੀ ਆ ਉੱਦਾਂ ਵੀ ਕਿਤੇ ਜਾਣਾ ਸਾਨੂੰ ਜਾਕ ਨਸੀ ਹੁੰਦੀ ਠੀਕ ਆ ਜੀ ਹਾਂ ਮੇਰਾ ਕੰਮ ਆ ਕਿਤੇ ਬਾਹਰ ਕਿਤੇ ਰਿਸ਼ਤੇਦਾਰੀ ਜਾਣਾ ਮੈਂ ਭਟਕ ਜਾਣਾ ਹੁਣ ਨਹੀਂ ਜਾ ਸਕਦੇ ਸਿਆਣਿਆਂ ਦੇ ਕਰਕੇ ਤਾਂ ਚਲੋ ਗੱਲ ਤਾਂ ਉਹ ਹੋਰ ਕਰਦੇ ਸੀ ਚਲੋ ਚੱਲ ਪਏ ਆਪਾਂ ਕਿਸ ਪਾਸੇ ਨੂੰ ਕਿਉਂਕਿ ਕਹਿਣ ਦਾ ਮਤਲਬ ਕੀ ਹੈ ਜਿਹੜੇ ਸਿਆਣੇ ਆ ਨਾ ਉਹਨਾਂ ਦੀਆਂ ਕਮੀਆਂ ਬਹਿ ਮਹਿਸੂਸ ਹੁੰਦੀਆਂ ਕਿਉਂਕਿ ਜਦੋਂ ਵੀ ਮੈਂ ਵੀਡੀਓ ਬਣਾਉਂਦਾ ਤਾਂ ਮੇਰੀ ਵੀਡੀਓ ਕਈ ਵਾਰੀ ਇੱਦਾਂ ਹੋ ਜਾਂਦੀ ਹੈ ਨਾ ਪਿੱਛੇ ਬੀਜੀ ਭਾਪਾ ਜੀ ਦੀ ਜਦੋਂ ਤਸਵੀਰ ਵਿੱਚ ਆਉਂਦੀ ਆ ਨਾ ਉਹਨਾਂ ਦੀ ਯਾਦਾਂ ਆ ਜਾਂਦੀਆਂ ਤੁਸੀਂ ਵੀ ਕਹਿਣਾ ਪਤਾ ਨਹੀਂ ਇਹ ਵਾਰ ਵਾਰ ਇਹੀ ਗੱਲਾਂ ਕਰਦਾ ਰਹਿੰਦਾ ਬੀਜੀ ਭਾਪਾ ਜੀ ਨੂੰ ਕਦੇ ਦੁਨੀਆ ਤੋਂ ਬਾਹਰਾ ਪਿਆਰ ਕਰਦਾ ਨਹੀਂ ਸ਼ਾਇਦ ਮੈਂ ਬਾਹਰਾ ਹੋਵਾਂ ਪਰ ਮੈਂ ਦੇਖਦਾ ਕਈ ਵੀ ਸੋਸ਼ਲ ਮੀਡੀਆ 'ਤੇ ਵੀ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਆ ਮਾਂ ਬਾਪ ਨੂੰ ਸ਼ਾਇਦ ਇਸ ਸੋਸ਼ਲ ਮੀਡੀਆ ਦੇ ਜ਼ਰੀਏ ਮਾਂ ਬਾਪ ਨੂੰ ਉਹ ਪਿਆਰ ਉਹ ਇੱਜ਼ਤ ਮਿਲਣ ਲੱਗ ਪਏ ਚਲੋ ਮੈਂ ਇਹ ਗੱਲ ਜ਼ਰੂਰ ਕਹਾਂਗਾ ਵੀ ਜਿਹੜੇ ਵੀ ਮੈਨੂੰ ਪਸੰਦ ਕਰਦੇ ਆ ਮੇਰੇ ਬਲੌਗ ਨੂੰ ਬਲੌਗ ਵੀ ਕਹਦਾ ਇਹ ਇੱਕ ਮੁਲਾਕਾਤ ਹੁੰਦੀ ਆ ਨਾ ਅਤੇ ਇਹ ਜਿਹੜੇ ਵੀ ਮੈਨੂੰ ਪਸੰਦ ਕਰਦੇ ਆ ਨਾ ਮਾਂ ਬਾਪ ਦਾ ਇੱਜ਼ਤ ਮਾਣ ਪਿਆਰ ਸਤਿਕਾਰ ਜ਼ਰੂਰ ਕਰਿਓ ਔਰ ਉਹਨਾਂ ਦੇ ਨਾਲ ਨਾਲ ਆਪਣੀ ਭੈਣਾਂ ਦਾ ਵੀ ਇਹ ਗੱਲਾਂ ਜਿਹੜੀਆਂ ਮੈਂ ਬਾਅਦ 'ਚ ਵੀ ਕਰੂੰਗਾ ਭੈਣਾਂ ਬਾਰੇ
क्योंकि एको बारी करके गल्लां फिर गल्लां ही मुक जाणियां। मैं फिर भी कहूँ भी करूँगा ना, क्योंकि मैं अपनी जिंदगी बारे कुछ साझा रखनी चाहना। कई बारी बंदे दे कोल बंदे दी याददाश्त जिहड़ी है ना वह कायम रहिंदी है, जे तुसीं उहनूं किसी चीज़ बंद बंद करके रख लोगे। ये मेरे कोल होगा तो मैं अपनी बैक नूं जो देखूंगा तो मैनू जे कितने मैं आने वाले समय से गलती करता तो वह चीज़ मेरे द्वारा जहन च आनी चाहिए है कि हाँ तू पिछे किदां दा सी अज तू किदां दा हो गया। वह भी बंदा अपने आप में सुधार सकता है ना। ये गल्लां करन दा भी मेरा मतलब तो नहीं आता भी हाँ मैं जे गल्लां करदा तो इन्हां ते मैं खरा भी उतरा। वाहिगुरू की मेहर ही है, इत्थे तक तो आ गए हाँ। हो सकता गलत भी होवांगे, बंदा हर कोई बंदा अपने आप में चंगा ही कहता, गलती तो दूजे बंदे ने दसनी हुंदी है, तीजे ने दसनी हुंदी है। खैर तो अज विसाखी का दिहाड़ा सी, परमात्मा सबनों ये दिन भागा भरिया, आने वाला समा भी, तो खालसा दिवस दियां सबनों लख लख मुबारक बधाई।